छाड बिख बिख खाई माया मोह परम पे पुले सुत दारा से प्रीत एक उत्तम पंथ सुनो गुर संग तेहे मिलंत जम त्रास मिटाई एक अरदास पाठ कीरत की गुर रामदास राखो सर एक अरदास पाठ कीरत की गुर रामदास राखो शरणा सो कहो टल गुर सेविया अहनस सहज सुपाय दर्शन परसिया गुरु का जन्म मरण दुख जाय होवे सिफत खसम दे नूर अरशों कुरसों चटिया तोद डिठे सच्चे पातशाह मल जन्म जन्म दी कटिया सजन सच्चा पातशाह सिर शाहांद शाह जिस पास बैठिया सोहिया सब नंदा वेसा सजन सच्चा पातशाह सिर शाहांद शाह जिस पास बैठिया सोहिया सब नंदा वेसा सत नाम श्री वाहे गुरु साहेब जी सोरठ महला पंजवा खोजत खोजत खोज बिचार्यो राम नाम तत् सारा किल बिख काटे निमख आराध्या गुरमुख पार उतारा खोजत खोजत खोज बिचार्यो राम नाम तत् सारा किल बिख काटे निमख आराध्या गुरमुख पार उतारा हर रस पीवहो पुरख ज्ञानी सोना सोना
ਕ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ ਸ਼੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਾਰਨ ਸਮਰੱਥ ਸੁਆਮੀ ਜਾਤੇ ਪ੍ਰਿਥਾ ਨ ਕੋਈ ਵੱਡੈ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ ਕਿਰਪਾਲਾ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵੱਡੈ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ। ਹੇ ਭਾਈ, ਬੜੀ ਲੰਮੀ ਖੋਜ ਕਰਕੇ ਅਸੀਂ ਇਸ ਵਿਚਾਰ 'ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ ਸਿਮਰਨਾ ਹੀ ਮਨੁੱਖਾ ਜੀਵਨ ਦੀ ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਸਿਮਰਿਆ ਇਹ ਨਾਮ ਅੱਖ ਦੇ ਫੋਰ ਵਿੱਚ ਸਾਰੇ ਪਾਪ ਕੱਢ ਦਿੰਦਾ ਹੈ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਆਤਮਕ ਜੀਵਨ ਦੀ ਸੁੱਝ ਵਾਲੇ ਹੇ ਮਨੁੱਖ, ਸਦਾ ਪਰਮਾਤਮਾ ਦਾ ਨਾਮ ਰਸ ਪੀਆ ਕਰ। ਹੇ ਭਾਈ, ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ ਮੁੜ ਮੁੜ ਸੁਣ ਕੇ ਮਨੁੱਖ ਦਾ ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ। ਰਹਾਉ ਹੇ ਭਾਈ, ਸਾਰੇ ਸੁੱਖਾਂ ਦਾ ਦੇਣ ਵਾਲਾ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ ਤਾਂ ਇਹੀ ਹੈ ਵਿਕਾਰਾਂ ਤੋਂ ਖਲਾਸੀ ਦਾ
मुल यही है आत्मा की खुराक, यही है जीवन का सुचज्जा ढंग। ओ सर्व व्यापक सिरजनहार प्रभु भगती का यह दान अपने सेवक न ही बख्शता है। वाहेगुरु जी का खालसा, वाहेगुरु जी की फतह।